ਹੈਲੋ ਗਾਇਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਫਿਲਮ ਜੱਟ ਐਂਜੂਲੇਟ 3 ਦੀ ਕਲੈਕਸ਼ਨ ਦੇ ਬਾਰੇ 9 ਦਿਨਾਂ ਦੇ ਵਿੱਚ ਫਿਲਮ ਨੇ ਟੋਟਲ ਕਿੰਨੀ ਕਲੈਕਸ਼ਨ ਕਰਦੀ ਹੈ ਬਾਕਸ ਆਫਿਸ ਦੇ ਉੱਤੇ ਫਿਲਮ ਨੂੰ ਕਿਹਾ ਜਾ ਰਿਹਾ ਬਿਗੇਸਟ ਬਾਕਸ ਆਫਿਸ ਕਲੈਕਸ਼ਨ ਕੀਤੀ ਹੈ ਜੱਟ ਐਂਜੂਲੇਟ 3 ਫਿਲਮ ਨੇ ਸੋ ਸ਼ੁਰੂ ਕਰਦੇ ਹਾਂ ਮਨਾਈ ਕਿਸੇ ਦੇਰੀ ਦੇ ਫਿਲਮ ਦੇ ਡਾਇਰੈਕਟਰ ਨੇ ਜਗਦੀਪ ਸਿੱਧੂ ਫਿਲਮ ਦੇ ਵਿੱਚ ਤਲਜੀਤ ਉਸਨ ਨੀਰੂ ਬਾਜਵਾ ਜੈਸਮੀਨ ਬਾਜਵਾ ਦੇਖਣ ਨੂੰ ਮਿਲਣਗੇ ਤੇ ਫਿਲਮ ਦਾ ਬਜਟ ਹੈ 17 ਕਰੋੜ ਦਾ ਫਿਲਮ ਨੂੰ ਬਣਾਉਣ ਦੇ ਲਈ 12 ਕਰੋੜ ਲੱਗੇ ਨੇ ਫਿਲਮ ਦੀ ਪ੍ਰੋਮੋਸ਼ਨ ਐਡਵਰਟਾਈਜ਼ਮੈਂਟ ਤੇ ਜੋ ਹੈ 8 ਦਿਨਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਟ੍ਰੇਡ ਫਿਗਰਸ ਦੀ ਕਾਫੀ ਵਧੀਆ ਕੀਤੀਆਂ ਆ ਇਸ ਫਿਲਮ ਨੇ ਤੇ ਜੋ ਹੈ ਅੱਜ ਮੈਂ ਟ੍ਰੇਡ ਫਿਗਰ ਦੇ ਉੱਤੇ ਨਹੀਂ ਗੱਲ ਕਰੂੰਗਾ ਅੱਜ ਮੈਂ ਪ੍ਰੋਡਿਊਸਰ ਫਿਗਰ ਦੀ ਗੱਲ ਕਰੂੰਗਾ ਜੋ ਪ੍ਰੋਡਿਊਸਰਜ਼ ਨੇ ਦੱਸੀ 8 ਦਿਨਾਂ ਦੇ ਵਿੱਚ ਕਿੰਨੀ ਕਲੈਕਸ਼ਨ ਕੀਤੀ ਹੈ ਫਿਲਮ ਨੇ ਟ੍ਰੇਡ ਫਿਗਰ ਹੁੰਦੇ ਨੇ origignal ਨੰਬਰ ਜਿਹੜੇ ਫਿਲਮ 'ਤੇ ਆਉਂਦੇ ਨੇ ਪ੍ਰੋਡਿਊਸਰ ਫਿਗਰ ਉਹ ਹੁੰਦੀ ਹੈ ਪ੍ਰੋਡਿਊਸਰ ਜੋ ਵਧਾ ਚੜਾ ਕੇ ਕਲੈਕਸ਼ਨ ਨੂੰ ਦੱਸਦੇ ਨੇ ਅਗਰ ਤੁਸੀਂ ਟ੍ਰੇਡ ਫਿਗਰ ਦੇਖਣਾ ਚਾਹੁੰਦੇ ਹੋ ਤਾਂ ਪਿਛਲੀ ਵਾਲੀ ਮੇਰੀ ਵੀਡੀਓ ਦੇਖ ਲਓ ਜਿਸ ਦੇ ਵਿੱਚ ਮੈਂ 8 ਦਿਨਾਂ ਦੀ ਕਲੈ ਇਹ ਤਾਂ ਅਪਡੇਟ ਹੋ ਜੂ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੂੰਗਾ ਚਲੋ ਚਲੋ ਆਪਾਂ ਫਿਲਹਾਲ ਨੌ ਦਿਨਾਂ ਦੀ ਬੜੀ ਸਰਫ ਵਰ ਫਿਕਰ ਦੇ ਬਾਰੇ ਗੱਲ ਕਰ ਲੈਨੇ ਆ ਥਰਸਡੇ ਦੇ ਉੱਤੇ ਬੜੀ ਸਰ ਕਹਿੰਦੇ ਨੇ ਫਿਲਮ ਨੇ 10.76 ਕਰੋੜ ਦੀ ਕਲੈਕਸ਼ਨ ਕੀਤੀ ਫਰਡੇਜ਼ ਦੇ ਉੱਤੇ 11 0.65 ਕਰੋੜ ਦੀ ਕਲੈਕਸ਼ਨ ਕੀਤੀ ਸੈਟਰਡੇ ਦੇ ਉੱਤੇ 12.50 ਕਰੋੜ ਦੀ ਕਲੈਕਸ਼ਨ ਕੀਤੀ ਸੰਡੇ ਦੇ ਉੱਤੇ 14.15 ਕਰੋੜ ਦੀ ਕਲੈਕਸ਼ਨ ਕੀਤੀ ਮੰਡੇ ਦੇ ਉੱਤੇ 6.75 ਕਰੋੜ ਦੀ ਟਿਊਜ਼ਡੇ ਦੇ ਉੱਤੇ 6.07 ਕਰੋੜ ਦੀ ਵੈਨਸਡੇ ਦੇ ਉੱਤੇ 4.20 ਕਰੋੜ ਦੀ ਥਰਸਡੇ ਦੇ ਉੱਤੇ 3.53 ਕਰੋੜ ਦੀ ਫਰਾਈਡੇ ਦੇ ਉੱਤੇ 3.81 ਕਰੋੜ ਦੀ ਤੇ ਜੋ ਹੈ ਟੋਟਲ 9 ਦਿਨਾਂ ਦੀ ਵਰਲਡਵਰਡ ਕਲੈਕਸ਼ਨ ਹੈ ਫਿਲਮ ਦੀ ਹੋ ਚੁੱਕੀ ਹੈ 73.4 2 ਕਰੋੜ ਤੋਂ زیادہ ਇਸ فلم جو ہے کافی ਵਧੀਆ ਕਲੈਕਸ਼ਨ ਕਰਦੀ ਹੋ ਨਜ਼ਰ ਆ ਰਹੀ ਹੈ ਤੇ ਜੋ ਹੈ ਦੀ ਟ੍ਰੇਡ ਫਿਗਰ 2 ਜਾਂ 3 ਕਰੋੜ ਘੱਟ ਹੋਗੀ ਜਿਆਦਾ ਜੋ ਹੈ ਫਾਸਲਾ ਨਹੀਂ ਹੁੰਦਾਗਾ 2 3 ਕਰੋੜ ਦਾ ਫਾਸਲਾ ਹੀ ਹੁੰਦਾ ਹੈ ਟ੍ਰੇਡ ਤੇ ਪ੍ਰੋਡਿਊਸਰ ਫਿਗਰ ਦੇ ਵਿੱਚ ਸੋ ਤੁਸੀਂ ਕਮੈਂਟ ਕਰਕੇ ਦੱਸੋ ਸੋ ਅਗਰ ਤੁਸੀਂ ਇਹ ਫਿਲਮ ਦੇਖਿਆ ਤੁਹਾਨੂੰ ਕਿਦਾਂ ਲੱਗੀ ਇਹ ਜ਼ਰੂਰ ਦੱਸੋ ਜੋ ਹੈ ਫਿਲਮ ਨੇ ਜੋ ਹੈ ਸੈਕਿੰਡ ਵੀਕ ਜੋ ਹੈ ਬਹੁਤ ਸਕਸੈਸਫੁਲੀ ਬਹੁਤ ਵਧੀਆ ਤਰ੍ਹਾਂ ਐਂਟਰ ਕਰ ਚੁੱਕੀ ਹੈ ਜੋ ਹੈ ਇਹ ਫਿਲਮ ਨੇ 70 ਕਰੋੜ ਤੋਂ ਵੱਧਾ ਅੰਕੜਾ ਵੀ ਪਾਰ ਕਰ ਲਿਆ ਸੈਕਿੰਡ ਵੀਕ ਦੇ ਚ ਐਂਡਰ ਹੁੰਦੇ ਆ ਹੀ ਸੋ ਜੋ ਹੈ ਇਹ ਫਿਲਮ ਲੱਗ ਰਿਹਾ ਹੈ ਕਿ ਰਿਕਾਰਡ ਦਾ ਬ੍ਰੇਕ ਕਰ ਦੂਗੀ ਕੈਰਨ ਜਟਾ 3 ਫਿਲਮ ਦਾ ਕੈਰਨ ਜਟਾ 3 ਫਿਲਮ ਨੇ 9ਵੇਂ ਦਿਨ ਦੇ ਉੱਤੇ ਕਲੈਕਸ਼ਨ ਕੀਤੀ ਸੀਗੀ 3.85 ਕਰੋੜ ਦੀ ਸੋ ਜੋ ਹੈ ਇੰਨੀ ਕੀ ਕਲੈਕਸ਼ਨ ਕੀਤੀ ਸੀ ਜਿੰਨੀ ਇੱਕ ਜੋ ਹੈ ਇਹ ਫਿਲਮ ਕਰ ਰਹੀ ਹੈ ਜੋ ਹੈ ਕਰਨ ਡਟਾ 3 ਫਿਲਮ ਨੇ ਜੋ ਹੈ 65 ਕਰੋੜ ਦਾ ਅੰਕੜਾ ਪਾਰ ਕੀਤਾ ਸੀ 9ਵੇਂ ਦਿਨ ਤੋਂ ਬਾਅਦ ਬਟ ਜਟਨ ਜੁਲਟ 3 ਫਿਲਮ ਨੇ ਜੋ ਹੈ 65 ਕਰੋੜ ਦਾ ਅੰਕੜਾ ਜੋ ਹੈ 8ਵੇਂ ਦੇ 8ਵੇਂ ਦਿਨ ਤੇ ਹੀ ਕਰ ਲਿਆ ਸੀਗਾ ਸੋ ਜੋ ਹੈ ਫਿਲਮ ਵਧੀਆ ਜਾ ਰਹੀ ਹੈ ਕਰਨ ਡਟਾ 3 ਤੋਂ ਜਟਨ ਜੁਲਟ 3 ਫਿਲਮ ਹਾਂ ਡਿਜ਼ਰਵ ਵੀ ਜ਼ਿਆਦਾ ਵਧੀਆ ਕਰਦੀ ਹੈ ਤੇ ਜੋ ਹੈ ਰੇਟਿੰਗ ਹੈ ਜਟਨ ਜੁਲਟ 3 ਫਿਲਮ ਦੀ 6.2 ਸਟਾਰ ਦੀ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਹੈ ਫਿਲਮ ਦੇ ਬਾਰੇ ਮੈਂ ਫਿਲਮ ਦਾ ਰਿਵਿਊ ਵੀ ਬਣਾਇਆ ਸੀ ਉਹ ਵੀ ਜਾ ਕੇ ਦੇਖ ਸਕਦੇ ਹੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ か